ਇੱਕ ਬੰਦਾ ਲਿੰਕ ਹੋ ਗਿਆ ਸੀ ਮਰਸੀਆਂ ਦਾ ਅੱਛਾ ਜੀ ਗੁਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਬੋਗਣ ਹਾਂ ਉਹਨੇ ਕਿਹਾ ਜੀ ਮੈਂ ਬਾਬੇ ਨੂੰ ਸਪੋਂਸਰ ਕਰਾਂਗਾ ਅਤੇ ਉਹ ਇੰਨਾ ਉਹਨੂੰ ਵੀ ਸ਼ੌਕ ਹੈ ਵੀ ਉਹਨੇ ਫਟਾਫਟ ਆਪਣੀ ਗੱਡੀ ਕੱਢੀ ਅਤੇ ਲੈ ਮੈਂ ਬਾਬੇ ਨੂੰ ਹੁਣੇ ਪਿੰਡ ਲੈ ਚੱਲੂ ਠੀਕ ਹੈ ਜੀ ਵੀਡੀਓ ਕਾਲ ਸੀ ਵੀਡੀਓ ਕਾਲ ਅੱਲਾ ਉਹਦਾ ਭਲਾ ਕਰੇ ਉਹਦੀ ਦੇਖੋ ਸਟਰਗਲ ਕੀਤੀ ਹੈ ਨਹੀਂ ਵੀ ਗੱਡੀ ਲੈ ਕੇ ਤੁਰ ਪਿਆ ਮੀਂਹ ਵਾਲ ਨੂੰ ਜੀ ਉਹ ਮੇਰੇ ਨਾਲ ਗੱਲਾਂ ਕਰਦੇ ਰਹੇ ਇਹਨਾਂ ਨੇ ਮੇਰੇ ਨਾਲ ਰਾਬਤਾ ਕਰਵਾਤਾ ਮੋਬਾਈਲ ਮੇਰੇ ਹੱਥ 'ਚ ਜਦੋਂ ਉਹ ਕਹਿੰਦਾ ਜੀ ਇਹਨੇ ਨਰ ਸਾਹਿਬ ਨੇ ਕਿਹਾ ਵੀ ਆਹ ਮੀਆਂ ਵਾਲਾ ਰਾਈਆਂ ਦਾ ਬੋਰਡ ਆ ਗਿਆ ਜੀ ਜੀ ਮੈਂ ਕਿਹਾ ਗੁਰਿੰਦਰ ਸੱਜੇ ਪਾਸੇ ਕੀ ਆ ਉੱਥੇ ਨਾ ਉਹ ਸ਼ੈੱਡ ਬਣਿਆ ਹੋਇਆ ਜੀ ਮੈਂ ਕਿਹਾ ਇਹ ਸਾਡੀ ਜ਼ਮੀਨ ਹੈ ਅੱਛਾ ਜੀ ਲੈ ਮੈਂ ਹੁਣ ਪਿੰਡ ਦੇ ਕੋਲ ਦੀ ਗੁਜ਼ਰ ਚੱਲਾਂ ਅੱਛਾ ਜੀ ਪਿੰਡ ਗੁਜ਼ਰਿਆ ਮੈਂ ਕਿਹਾ ਅੱਗੇ ਚੱਲ ਕੁਆੜਾ ਵੱਲ ਨੂੰ ਜੀ ਇੱਕਦਮ ਟਰਨ ਆਉਣੀ ਉਹ ਖੱਬੇ ਪਾਸੇ ਨੂੰ ਜੀ ਉੱਥੇ ਖਲੋ ਜਾਣੀ ਕਹਿੰਦਾ ਜੀ ਆਹ ਟਰਨ ਆ ਗਈ ਜੀ ਜੀ ਮੈਂ ਕਿਹਾ ਸੱਜੇ ਪਾਸੇ ਵੀ ਜ਼ਮੀਨ ਸਾਡੀ ਹੈ ਖੱਬੇ ਪਾਸੇ ਵੀ ਸਾਡੀ ਹੈ ਹਾਂਜੀ ਇੱਦਾਂ ਮਤਲਬ ਇਹ ਹੈ ਮੈਂ ਤਾਂ ਬੜਾ ਖੁਸ਼ ਸੀ ਵੀ ਚਲੋ ਮੈਨੂੰ ਦਿਖਾ ਹੀ ਦਿੱਤਾ ਮਾਮਾ ਵੀਡੀਓ 'ਚ ਦਿਖਾ ਤਾ ਅਤੇ ਬਸ ਹੈਗੀ ਆ ਤੜਪ ਹੈਗੀ ਆ ਜੇ ਮਨਜ਼ੂਰ ਅੱਲਾ ਨੂੰ ਹੋਇਆ ਤਾਂ ਜ਼ਰੂਰ ਦੇਖਾਂਗੇ ਉਹ ਮੈਨੂੰ ਸਪੋਂਸਰਸ਼ਿਪ ਆ ਵੀ ਗਈ ਸੀ ਕੋਈ ਜਲੰਧਰ ਦੇ ਨੇੜੇ ਕੋਈ ਪਿੰਡ ਸੀ ਕੋਈ ਪੰਡਿਤ ਸੀ ਉੱਥੋਂ ਦਾ ਮੁੰਡਾ ਠੀਕ ਹੈ ਜੀ ਉਹਨੇ ਮੈਨੂੰ ਭੇਜੀ ਸੀ ਮੈਂ ਇਹਨਾਂ ਕੋਲ ਲੈ ਕੇ ਗਿਆ ਨਾਸਰ ਭਾਈ ਕੋਲ ਇਹਨਾਂ ਨੇ ਉਹ ਪੜ੍ਹੀ ਪੜ੍ਹ ਕੇ ਇਹਨੇ ਕਿਹਾ ਵੀ ਨਾ ਮੁਕੰਮਲ ਹੈ ਮੈਂ ਨਹੀਂ ਕਹਿੰਦਾ ਵੀ ਤੁਸੀਂ ਇਹਦੇ ਨਾਲ ਵੀਜ਼ਾ ਲੈ ਲੈਣਗੇ ਨਹੀਂ ਉਹ ਅਕਸਰ ਪਤਾ ਨਹੀਂ ਹੁੰਦਾ ਨਾ ਪਤਾ ਨਹੀਂ ਜਿੰਨੇ ਇੰਨੀ ਐਫਰਟ ਕਰ ਲਈ ਉਹਨੂੰ ਪਤਾ ਹੀ ਨਹੀਂ ਹੈ ਵੀ ਇਹ ਬਣਨਾ ਕਿਵੇਂ ਆ ਠੀਕ ਹੈ ਜਦੋਂ ਸਬਮਿਸ਼ਨ ਵਾਸਤੇ ਜਾਈਦਾ ਨਾ ਵੀਜ਼ਾ ਲੈਣ ਲਈ ਜਾਈਦਾ ਬਜ਼ੁਰਗ ਆਉਂਦੇ ਰਹਿੰਦੇ ਦੱਸਦਾ ਰਹਿੰਦਾ ਮੈਂ ਉਹਨਾਂ ਨੂੰ ਉਹ ਡਾਕੂਮੈਂਟ ਨਹੀਂ ਉਨੀ ਦੇਰ ਤੱਕ ਲੈਂਦੇ ਜਿੰਨੀ ਦੇਰ ਤੱਕ ਕਾਗਜ਼ ਪੂਰੇ ਨਾ ਹੋਣ 100% ਪੂਰੇ ਨਾ ਜੀ ਪ੍ਰੋਸੈਸ ਵੀ ਤਾਂ ਹੀ ਪੂਰਾ ਹੋਊ ਜੇ ਪੇਪਰ ਪੂਰੇ ਹੋਣਗੇ ਤਾਂ ਅੰਬੈਸੀ ਵਾਲੇ ਉਨੀ ਦੇਰ ਤੱਕ ਰਿਸੀਵ ਹੀ ਨਹੀਂ ਕਰਦੇ ਜਿੰਨੀ ਦੇਰ ਤੱਕ ਡਾਕੂਮੈਂਟ ਨਾ ਪੂਰੇ ਹੋਣ ਸੋ ਉਹ ਡਾਕੂਮੈਂਟ ਜ਼ਰੂਰੀ ਸੀ ਹੁਣ ਪ੍ਰਗਟ ਭਾਜੀ ਦੀ ਲਾਈ ਡਿਊਟੀ ਉਹਨਾਂ ਨੇ ਕੱਲ੍ਹ ਮੈਨੂੰ ਉਹਨਾਂ ਦਾ ਮੈਸੇਜ ਆਇਆ ਸੀ ਵੀ ਉਹ ਹੋ ਗਿਆ ਸਿਰਫ ਉਹ ਪਹਿਲੋਂ ਉਹ ਉੱਥੋਂ ਡੀ ਸੀ ਦਫ਼ਤਰੋਂ ਕਰਵਾਇਆ ਹੁਣ ਪਿੰਡ ਦੇ ਕਿਸੇ ਪ੍ਰਿੰਸੀਪਲ ਕੋਲ ਕਰਾਉਣੇ ਉਹ ਛੁੱਟੀਆਂ 'ਤੇ ਸ਼ਾਇਦ ਅਤੇ ਇੱਕ ਅੱਧੇ ਦਿਨ 'ਚ ਹੋ ਜੂਗਾ ਚਲੋ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜਲਦ ਤੁਹਾਡੇ ਪਿੰਡ ਖਿਲਾ ਰਹੇ ਜੀ ਬਾਬੇ ਹੋਣਾ ਬੜੀ ਗੱਲ ਹੈ ਜੀ ਬੜਾ ਆਸਾਨ ਹੋਊ ਜੀ ਤੁਹਾਡੇ ਜੇ ਕੰਮ ਕਰਦੇ ਹੋ ਤਾਂ